ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਆ ਕਿ ਅਸੀਂ ਆਪਦਾ ਪੈਸਾ ਸੇਵਿੰਗਸ ਖਾਤੇ ਚੋਂ ਕੱਢ ਕੇ ਐਫ ਡੀ ਵਿੱਚ ਕਰਾ ਦੇਣਾ, ਕਿਉਂਕਿ ਸੇਵਿੰਗਸ ਖਾਤੇ ਵਿੱਚ ਤਾਂ ਸਾਨੂੰ ਸਿਰਫ 3% ਵਿਆਜ ਮਿਲਦਾ ਤੇ ਐਫ ਡੀ ਚ ਮਿਲਦਾ 5-6%, ਤੇ ਕੀ ਸਾਡਾ ਪੈਸਾ ਫਿਰ ਗਰੋ ਕਰਦਾ ਨਾ, ਫਿਰ ਸਾਡਾ ਪੈਸਾ ਵੱਧਦਾ ਰਹਿੰਦਾ। ਜੇ ਸਾਡੇ ਕੋਲ ਅੱਜ 1,00,000 ਰੁਪਈਆ ਤਾਂ ਅਗਲੇ ਸਾਲ 1,05,000, ਫਿਰ ਅਗਲੇ ਸਾਲ 1,10,000, ਇੱਕ ਅਗਲੇ ਸਾਲ 1,15,000, ਸਾਡਾ ਪੈਸਾ ਤਾਂ ਗਰੋ ਕਰਦਾ ਰਹਿੰਦਾ ਤੇ ਸੇਵਿੰਗਸ ਖਾਤੇ ਨਾਲੋਂ ਦੁੱਗਣੇ ਰੇਟ ਤੇ ਕਰਦਾ। ਜੇ 3% ਵਿਆਜ ਆ ਤੇ 1,00,000 ਰੁਪਈਆ ਅਗਲੇ ਸਾਲ 1,03,000 ਹੋਊਗਾ ਸੇਵਿੰਗਸ ਖਾਤੇ ਵਿੱਚ, ਤੇ ਐਫ ਡੀ ਵਿੱਚ 1,06,000 ਹੋਊਗਾ, ਸਾਡਾ ਤਾਂ ਫਾਇਦਾ ਹੋ ਰਿਹਾ। ਕੀ ਇਹ ਸਹੀ ਫੈਸਲਾ ਹੈ ਕਿ ਨਹੀਂ? ਦੇਖੋ, ਜੇ ਤਾਂ ਤੁਸੀਂ ਦੋਸਤੋ ਕੰਪੇਅਰ ਕਰਦੇ ਆ ਐਫ ਡੀ ਨੂੰ ਤੁਸੀਂ ਕੰਪੇਅਰ ਕਰਦੇ ਆ ਸੇਵਿੰਗਸ ਅਕਾਊਂਟ ਦੇ ਨਾਲ, ਜੇ ਤੁਸੀਂ ਐਫ ਡੀ ਨੂੰ ਸੇਵਿੰਗਸ ਅਕਾਊਂਟ ਨਾਲ ਕੰਪੇਅਰ ਕਰਦੇ ਆ ਤਾਂ ਬਿਲਕੁਲ ਐਫ ਡੀ ਦਾ ਫਾਇਦਾ ਸੇਵਿੰਗਸ ਅਕਾਊਂਟ ਦਾ ਨਹੀਂ ਫਾਇਦਾ। ਕਿਉਂ? ਕਿਉਂਕਿ ਐਫ ਡੀ ਵਿੱਚ ਤੁਹਾਨੂੰ 5-6% ਵਿਆਜ ਮਿਲ ਜਾਣਾ ਤੁਹਾਡੀ ਇਨਵੈਸਟਮੈਂਟ ਦੇ ਉੱਪਰ, ਤੇ ਜਿਹੜਾ ਸੇਵਿੰਗਸ ਅਕਾਊਂਟ ਆ ਉੱਥੇ ਸਿਰਫ ਤੁਹਾਨੂੰ 3% ਵਿਆਜ ਮਿਲਣਾ। ਸਪੋਜ਼ ਕਰੋ ਅੱਜ ਤੁਹਾਡੇ ਕੋਲ 1,00,000 ਰੁਪਈਆ ਤੁਹਾਡੇ ਖਾਤੇ ਦੇ ਵਿੱਚ ਤੁਸੀਂ ਜਮ੍ਹਾਂ ਕਰਾਤਾ ਸੇਵਿੰਗਸ ਅਕਾਊਂਟ ਦੇ ਵਿੱਚ, 1 ਸਾਲ ਬਾਅਦ ਉਹ 1,03,000 ਰੁਪਈਆ ਬਣ ਜਾਣਾ, 1,03,000 ਰੁਪਈਆ ਬਣ ਜਾਣਾ 1 ਸਾਲ ਬਾਅਦ। ਪਰ ਇਹੀ ਜੇ ਤੁਸੀਂ 1,00,000 ਰੁਪਈਆ ਆਪਦਾ ਐਫ ਡੀ ਦੇ ਵਿੱਚ ਕਰਵਾਇਆ ਹੁੰਦਾ ਤਾਂ ਇਹਨੇ 1,06,000 ਰੁਪਈਆ ਬਣ ਜਾਣਾ ਸੀ। ਹੁਣ ਤੁਸੀਂ ਕਹੋਗੇ ਫਾਈਨੈਂਸ਼ੀਅਲ ਡਿਸੀਜ਼ਨ ਸਹੀ ਐਫ ਡੀ ਹੈ। ਹੁਣ ਪਰ ਕੀ ਐਫ ਡੀ ਦੇ ਨਾਲ ਐਕਚੁਅਲ 'ਚ ਪੈਸਾ ਗਰੋ ਕਰਦਾ? ਇਹ ਬੜਾ ਇੰਪੋਰਟੈਂਟ ਸਵਾਲ ਆ, ਅੱਜ ਬਜ਼ੁਰਗਾਂ ਦੇ ਮਨ 'ਚ ਵੜਿਆ ਹੋਇਆ, ਕਿਉਂਕਿ ਸ਼ੁਰੂ ਤੋਂ ਲੈ ਕੇ ਐਫ ਡੀਆਂ ਕਰਾਉਂਦੇ ਆ, ਬੈਂਕ ਵਾਲੇ ਵੀ ਕਹਿੰਦੇ ਐਫ ਡੀ ਕਰਾਓ, ਯੇ ਕਰਾਓ, ਪਰ ਮੇਰਾ ਫਰਜ਼ ਆ ਤੁਹਾਨੂੰ ਫਾਈਨੈਂਸ਼ੀਅਲੀ ਸਟੇਬਲ ਕਰਨਾ, ਤੁਹਾਨੂੰ ਇਹ ਸਿਖਾਉਣਾ ਕਿ ਤੁਸੀਂ ਪੈਸੇ ਨੂੰ ਕਿਵੇਂ ਗਰੋ ਕਰ ਸਕਦੇ ਆ। ਜਿਹੜਾ ਤੁਸੀਂ ਬਿਜ਼ਨਸ ਕਰ ਰਹੇ ਹੋ, ਨੌਕਰੀ ਕਰ ਰਹੇ ਹੋ, ਇੱਕ ਵੱਖਰਾ ਮੁੱਦਾ, ਪਰ ਤੁਸੀਂ ਆਪਦੇ ਪੈਸੇ ਨੂੰ ਗਰੋ ਕਰਨਾ। ਜਿਹੜਾ ਹੁਣ ਬੈਂਕਾਂ 'ਚ ਪਿਆ ਉਹ ਤਾਂ ਆਪਦੇ ਆਪ ਵਧੇ ਨਾ। ਹੁਣ ਮੈਂ ਤੁਹਾਨੂੰ ਦੱਸਣਾ, ਤੁਸੀਂ ਕਹੋਗੇ ਵੱਧਦੇ ਤਾਂ ਦੋਨਾਂ 'ਚ ਆ, ਐਫ ਡੀ 'ਚ ਵੀ ਪੈਸੇ ਵੱਧਦੇ ਆ, ਸੇਵਿੰਗਸ ਅਕਾਊਂਟ 'ਚ ਵੀ ਪੈਸੇ ਵੱਧਦੇ ਆ, ਪਰ ਮੈਂ ਤੁਹਾਨੂੰ ਦੱਸਣਾ ਪੈਸੇ ਦੋਨਾਂ ਵਿੱਚ ਹੀ ਨਹੀਂ ਵੱਧਦੇ। ਐਕਚੁਅਲ ਦੇ ਵਿੱਚ ਸੱਚਾਈ ਕੀ ਆ? ਸੇਵਿੰਗਸ ਅਕਾਊਂਟ ਦੇ ਵਿੱਚ ਪੈਸੇ ਵਧਣ ਦੇ ਨਹੀਂ, ਪੈਸੇ ਘੱਟਦੇ ਆ, ਤੇ ਐਫ ਡੀ ਦੇ ਵਿੱਚ ਪੈਸੇ ਵੱਧਦੇ ਨਹੀਂ। ਹੁਣ ਕੀ ਆ, ਆਹ ਧਿਆਨ ਨਾਲ ਸਮਝਿਓ, ਇੱਕ ਕੋਨਸੈਪਟ ਆ ਜਿਹੜਾ ਤੁਹਾਨੂੰ ਸਮਝਣ ਦੀ ਲੋੜ ਆ, ਇਦੋਂ ਪਹਿਲਾਂ ਕਿ ਤੁਸੀਂ ਆਪਦੀ ਚੱਕ ਕੇ ਐਫ ਡੀ ਕਰਵਾ ਦਿਓ, ਜਿੰਨੇ ਵੀ ਪੈਸੇ ਤੁਹਾਡੇ ਕੋਲ ਹੈਗੇ ਆ, ਕਨਸੈਪਟ ਸਮਝ ਲਓ। ਐਂਡ ਮੇਰਾ ਮਕਸਦ ਵੀ ਇਹ ਹੈ ਕਿ ਮੈਂ ਪੰਜਾਬੀ ਭਾਸ਼ਾ 'ਚ, ਗੁਰਮੁਖੀ ਭਾਸ਼ਾ, ਸਿੰਪਲ ਭਾਸ਼ਾ ਦੇ ਵਿੱਚ ਤੁਹਾਨੂੰ ਫਾਈਨੈਂਸ਼ਲੀ ਐਜੂਕੇਟ ਕਰਾਂ। ਇਸੇ ਕਰਕੇ ਤੁਸੀਂ ਸਾਨੂੰ ਸਬਸਕ੍ਰਾਈਬ ਕਰਨਾ, ਜਿਹੜਾ ਨੀਚੇ ਸਬਸਕ੍ਰਾਈਬ ਬਟਨ, ਲਾਲ ਬਟਨ ਦੱਬ ਕੇ ਬੈਲ ਆਈਕਨ ਦਾ ਬਟਨ ਦੱਬ ਦੇਣਾ, ਸੋ ਦੈਟ ਕਿ ਤੁਸੀਂ ਪੰਜਾਬੀ ਭਾਸ਼ਾ 'ਚ ਇਹ ਚੀਜ਼ਾਂ ਸਿੱਖ ਸਕੋ। ਹੁਣ ਸੇਵਿੰਗਸ ਅਕਾਊਂਟ 'ਚ ਮੈਂ ਤੁਹਾਨੂੰ ਕਹਿ ਤਾ ਕਿ ਪੈਸੇ ਭਾਈ ਜੀ ਵੱਧਦੇ ਨਹੀਂ, ਪੈਸੇ ਘੱਟਦੇ ਆ। ਕਿਵੇਂ ਘੱਟਦੇ ਆ ਇਹ ਦੇਖਣ ਦੀ ਲੋੜ ਆ। ਦੇਖੋ, ਹੁਣ ਤੁਸੀਂ 1,00,000 ਰੁਪਈਆ, ਆਪਾਂ ਫਿਰ ਉੱਥੇ ਸ਼ੁਰੂ ਕਰਦੇ ਹਾਂ 1,00,000 ਰੁਪਏ ਦੀ ਉਦਾਹਰਨ ਤੋਂ, 1,00,000 ਰੁਪਈਆ ਸੇਵਿੰਗਸ ਅਕਾਊਂਟ 'ਚ ਜਮ੍ਹਾਂ ਕਰਾਇਆ, 1 ਸਾਲ ਬਾਅਦ ਉਹ ਪੈਸਾ 1,03,000 ਰੁਪਈਆ ਹੋ ਗਿਆ, ਜੇ ਤੁਸੀਂ ਆਪਦਾ ਵਿਆਜ ਆ ਜਿਹੜਾ ਸੇਵਿੰਗਸ ਅਕਾਊਂਟ 'ਚ 3% ਮੰਨਦੇ ਹੋ ਤਾਂ। ਠੀਕ ਹੈ, 2 ਸਾਲਾਂ ਬਾਅਦ ਉਹ ਤੁਹਾਡਾ ਪੈਸਾ 1,06,000 ਹੋ ਗਿਆ 3% ਦੇ ਵਿਆਜ ਦੇ ਹਿਸਾਬ ਨਾਲ। ਇਹਦੇ 3 ਸਾਲਾਂ 'ਚ, ਤੀਜੇ ਸਾਲ ਤੁਹਾਡਾ, 3 ਸਾਲਾਂ ਬਾਅਦ 1,09,000, ਫਿਰ 1,12,000, ਫਿਰ 1,15,000। ਪਰ ਇੱਕ ਟਰਮ ਆ ਜਿਹੜੀ ਤੁਹਾਨੂੰ ਸਮਝਣ ਦੀ ਲੋੜ ਆ, ਉਹ ਹੈਗੀ ਆ ਇਨਫਲੇਸ਼ਨ। ਮੈਂ ਦੇਖੋ ਬਿਲਕੁਲ ਬੇਸਿਕਸ ਤੋਂ ਤੁਹਾਨੂੰ ਇਹ ਚੀਜ਼ ਸਿਖਾਉਣਾ, ਬਹੁਤ ਸਾਰੇ ਮਿੱਤਰਾਂ ਨੂੰ ਪਤਾ ਵੀ ਹੋਣਗੀਆਂ, ਪਰ ਮੈਂ 72 ਬੰਦਿਆਂ ਵਾਸਤੇ ਵੀਡੀਓ ਬਣਾਉਣਾ ਜਿਹੜੇ ਜਮ੍ਹਾਂ ਪਿੰਡਾਂ 'ਚ ਬੈਠੇ ਆ ਅਤੇ ਫਾਈਨੈਂਸ਼ਲੀ ਐਜੂਕੇਟ ਹੋਣਾ ਚਾਹੁੰਦੇ ਆ, ਜਿਹਨਾਂ ਨੂੰ ਇਹ ਗਿਆਨ ਨਹੀਂ ਹੈਗਾ, ਬਜ਼ੁਰਗਾਂ ਨੂੰ ਨਹੀਂ ਪਤਾ, ਬਜ਼ੁਰਗਾਂ ਦੇ ਬੱਚਿਆਂ ਨੂੰ ਕਹਿੰਦੇ ਆ ਕਿ ਤੂੰ ਐਫ ਡੀ ਕਰਾ ਲਾ। ਮੈਂ ਪੰਜਾਬ ਦਾ ਘਰ ਘਰ ਬੱਚੇ ਨੂੰ ਸਿਖਾਉਣਾ ਕਿ ਤੁਸੀਂ ਕਿਵੇਂ ਫਾਈਨੈਂਸ਼ਲੀ ਐਜੂਕੇਟ ਹੋ ਜਾ, ਇਹੀ ਸਾਡੇ ਚੈਨਲ ਦਾ ਮਕਸਦ ਆ। ਹੁਣ ਦੇਖੋ, ਇਨਫਲੇਸ਼ਨ ਰੇਟ ਕਹਿੰਦੇ ਕਿਹਨੂੰ ਆ? ਤੁਸੀਂ ਆਮ ਸੁਣਿਆ ਹੋਊਗਾ ਪੈਸੇ ਦਾ ਮੁੱਲ ਘਟ ਗਿਆ, ਰੁਪਈਏ ਡਿੱਗੀ ਜਾਂਦਾ, ਰੁਪਈਆ ਡਿੱਗੀ ਜਾਂਦਾ, ਮਹਿੰਗਾਈ ਵਧੀ ਜਾਂਦੀ ਆ, ਉਹਨੂੰ ਆਪਾਂ
ਕਾਨੂੰਨੀ ਭਾਸ਼ਾ 'ਚ ਇਨਫਲੇਸ਼ਨ ਰੇਟ ਕਹਿ ਦਿੰਦੇ ਹਾਂ। ਆਪਾਂ ਕਹਿੰਦੇ ਮਹਿੰਗਾਈ ਵੱਧ ਗਈ, ਇਨਫਲੇਸ਼ਨ ਰੇਟ ਵੱਧ ਗਿਆ, ਪੈਸੇ ਦਾ ਰੇਟ ਡਿੱਗ ਪਿਆ, ਇਨਫਲੇਸ਼ਨ ਰੇਟ ਵੱਧ ਗਿਆ। ਇਨਫਲੇਸ਼ਨ ਰੇਟ ਭਾਰਤ ਦੇ ਵਿੱਚ ਅੱਜ ਕਈ ਅੱਡ ਅੱਡ ਆ, ਵੈਸੇ ਕੋਈ ਕਹਿੰਦਾ 5% ਆ, ਕੋਈ ਕਹਿੰਦਾ 6%, ਪਰ ਐਵਰੇਜ 5-6% ਮੰਨਿਆ ਜਾਂਦਾ। ਜਿਹੜਾ ਗਰੀਬੀ ਰੇਟ ਵਧਣਾ ਵਾ ਜਾਂ ਮਹਿੰਗਾਈ ਦਾ ਵਧਣਾ ਵਾ, ਉਹ 5-6% ਇਨਫਲੇਸ਼ਨ ਰੇਟ ਮੰਨਿਆ ਜਾਂਦਾ। ਹੁਣ ਜੇ ਤੁਹਾਡਾ ਪੈਸਾ ਦੋਸਤੋ ਸੇਵਿੰਗਸ ਅਕਾਊਂਟ ਦੇ ਵਿੱਚ ਪਿਆ, ਜਿੱਥੇ ਤੁਹਾਨੂੰ ਸਾਲਾਨਾ 3% ਵਿਆਜ ਮਿਲਦਾ, ਹੁਣ ਤੁਹਾਡਾ 1,00,000 ਸਾਲ ਬਾਅਦ 1,03,000 ਤਾਂ ਹੋ ਗਿਆ, 2 ਸਾਲਾਂ ਬਾਅਦ 1,00,000, 1,06,000 ਤਾਂ ਹੋ ਗਿਆ, ਪਰ ਜਿਹੜਾ ਗਰੀਬੀ ਰੇਟ ਆ, ਜਿਹੜਾ ਇਨਫਲੇਸ਼ਨ ਰੇਟ ਆ, ਉਹ 5-6% ਆ ਸਾਲਾਨਾ ਈਅਰਲੀ। ਤਾਂ ਕੀ ਆ, ਉਸ ਪੈਸੇ ਦਾ ਮੁੱਲ ਆਪਾਂ ਸੁਣਦੇ ਹੁੰਦੇ ਸੀ ਨਾ, ਘਰਦੇ ਕਹਿੰਦੇ ਹੁੰਦੇ ਸੀ ਆ ਅੱਗੇ ਆਪਾਂ ਕੋਈ ਚੀਜ਼ ਲੈਣ ਜਾਣੀ, ਜਿਵੇਂ ਅੱਗੇ ਕਹਿੰਦੇ ਕਿ ਆਪਾਂ ਉਦਾਹਰਣ ਲੈ ਲਓ ਖੰਡ ਦੀ ਬੋਰੀ ਦੀ ਉਦਾਹਰਣ ਲੈ ਲਓ, ਕਿਸੇ ਟਾਈਮ 'ਤੇ ਉਹ ਬਹੁਤ ਸਸਤੀ ਆਉਂਦੀ ਸੀ, ਉਹ ਬਜ਼ੁਰਗ ਗੱਲਾਂ ਕਰਦੇ, ਸਾਡੇ ਟਾਈਮ 'ਚ ਤਾਂ ਇੰਨੇ ਕੁ ਦੀ ਮਿਲ ਜਾਂਦੀ ਸੀ, ਹੁਣ ਤਾਂ ਬੜੀ ਮਹਿੰਗਾਈ ਵੱਧ ਗਈ। ਉਹ ਜਿਹੜੀ ਮਹਿੰਗਾਈ ਵੱਧ ਗਈ, ਉਹ 5-6% ਕਰਕੇ ਸਾਲਾਨਾ ਕਰਕੇ ਵੱਧ ਗਈ ਜਿਹੜੀ ਚੀਜ਼। ਹੁਣ ਇਹਦਾ ਮਤਲਬ ਕੀ ਆ, ਹੁਣ ਇੱਥੇ ਕੰਪੈਰੀਜ਼ਨ ਲੈ ਕੇ ਦੇਣ ਲੱਗਾ। ਆਹ ਤੁਹਾਡਾ ਤੁਸੀਂ 2024 ਦੇ ਵਿੱਚ ਪੈਸਾ ਲਾਇਆ ਸੀ, ਆਹ 2025 ਆ ਗਿਆ, ਆਹ 2026 ਆ ਗਿਆ, ਠੀਕ ਹੈ। 2025 'ਚ ਤੁਹਾਡਾ 24 'ਚ ਇੰਨਾ ਪੈਸਾ ਸੀ, ਤੁਸੀਂ ਸੇਵਿੰਗਸ ਅਕਾਊਂਟ 'ਚ ਰੱਖਤਾ, ਫਿਰ ਇੰਨਾ ਹੋ ਗਿਆ, ਫਿਰ ਇੰਨਾ ਹੋ ਗਿਆ, ਠੀਕ ਹੈ। ਹੁਣ 2024 ਦੇ ਵਿੱਚ ਤੁਹਾਡੀ 1,00,000 ਰੁਪਏ ਦਾ, ਜਿਵੇਂ ਹੁਣ ਇੱਕ ਆ ਫੋਨ ਆ, ਆ ਆਈਫੋਨ ਆ, ਇਹ 1,00,000 ਰੁਪਏ ਦਾ ਹੁੰਦਾ 2024 ਦੇ ਵਿੱਚ। ਹੁਣ ਇਹੀ ਆਈਫੋਨ 2025 ਦੇ ਵਿੱਚ 1,03,000 ਦਾ ਨਹੀਂ, 1,06,000 ਦਾ ਆਊਗਾ, 6% ਦੇ ਹਿਸਾਬ ਨਾਲ। ਪਰ ਤੁਸੀਂ ਹੁਣ ਤੁਸੀਂ ਸੇਵਿੰਗਸ ਖਾਤੇ 'ਚ ਪੈਸੇ ਰੱਖ ਲਏ ਕਿ ਵੀ ਮੈਂ ਅੱਜ 1,00,000 ਰੁਪਇਆ ਰੱਖ ਲੈਣਾ, ਅਗਲੇ ਸਾਲ ਮੈਂ ਨਾਲੇ ਮੇਰਾ 1,03,000 ਹੋ ਜਾਊਗਾ, ਅਤੇ ਅਗਲੇ ਸਾਲ ਮੈਂ 1,00,000 ਰੁਪਏ ਦਾ ਆਈਫੋਨ ਲੈਣਾ। ਪਰ ਡਿਊ ਟੂ ਇਨਫਲੇਸ਼ਨ ਰੇਟ ਜਿਹੜਾ 1,00,000 ਰੁਪਏ ਦੀ ਚੀਜ਼ ਆ, ਉਹ ਅਗਲੇ ਸਾਲ ਜਿੰਨਾ ਇਨਫਲੇਸ਼ਨ ਰੇਟ ਆ ਉਨੇ ਪਰਸੈਂਟ ਵੱਧ ਜਾਣਾ। ਜੇ 1,00,000 ਰੁਪਏ ਦੀ ਚੀਜ਼ ਆ ਤਾਂ ਇਨਫਲੇਸ਼ਨ 6% ਆ, ਤਾਂ 1,00,000 ਰੁਪਏ ਦੀ ਚੀਜ਼ ਅਗਲੇ ਸਾਲ 1,06,000 ਦੀ ਹੋ ਜਾਣੀ ਆ, ਤੁਹਾਡੇ ਕੋਲ 3,000 ਰੁਪਇਆ ਘੱਟ ਜਾਣਾ। ਜਿਹੜੀ ਚੀਜ਼ ਤੁਸੀਂ 2024 ਵਿੱਚ 1,00,000 ਦੀ ਲੈ ਸਕਦੇ ਸੀ, ਉਹ 2025 ਵਿੱਚ ਤੁਸੀਂ 1,06,000 ਦੀ ਲੈਣੀ ਪਊ ਤੁਹਾਨੂੰ। ਐਂਡ ਤੁਹਾਡਾ ਇਹ ਸੇਵਿੰਗ 'ਚ ਬਣਿਆ 3,000 ਰੁਪਇਆ ਪੱਲਿਓਂ ਪਾਉਣੇ ਪੈ ਗਏ। ਇਸੇ ਕਰਕੇ ਨਾ ਸੇਵਿੰਗਸ ਅਕਾਊਂਟ 'ਚ ਪੈਸੇ ਵੱਧਦੇ ਨਹੀਂ, ਪੈਸੇ ਘੱਟਦੇ ਆ। ਐਂਡ ਜੇ ਤੁਸੀਂ ਉਹੀ ਸੋਚ ਲਿਆ 1,00,000 ਰੁਪਏ ਦੀ ਚੀਜ਼ ਲੈਣੀ, ਮੈਂ 2026 'ਚ ਸੋਚਿਆ ਤੁਸੀਂ 24 ਸੀ, ਹੁਣ ਤੁਸੀਂ 2 ਸਾਲ ਵੇਟ ਕਰ ਲਈ, ਸੇਵਿੰਗਸ ਅਕਾਊਂਟ 'ਚ ਤੁਹਾਡਾ ਬਣ ਗਿਆ 1,06,000, ਪਰ ਜਿਹੜਾ ਗਰੀਬੀ ਰੇਟ ਆ ਦੇਸ਼ ਦਾ, ਇਨਫਲੇਸ਼ਨ ਰੇਟ ਆ, ਉਹ 6% ਆ। ਦੈਟ ਮੀਨਸ ਜਿਹੜੀ ਚੀਜ਼ ਤੁਸੀਂ 2024 'ਚ 1,00,000 ਰੁਪਏ ਦੀ ਲੈ ਰਹੇ ਆ, 2026 ਆਉਂਦੇ ਆਉਂਦੇ ਉਹ ਚੀਜ਼ ਤੁਹਾਨੂੰ 1,12,000 ਰੁਪਏ ਦੀ ਮਿਲੂਗੀ, 6% ਦੇ ਹਿਸਾਬ ਨਾਲ। 12,000, 6,000 ਪਹਿਲੇ ਸਾਲ, 6,000 ਦੂਸਰੇ ਸਾਲ, 12,000 ਰੁਪਇਆ ਚੀਜ਼ ਦਾ ਰੇਟ ਵੱਧ ਗਿਆ, ਚੀਜ਼ਾਂ ਮਹਿੰਗੀਆਂ ਹੋ ਗਈਆਂ, ਪਰ ਤੁਹਾਡੇ ਕੋਲ ਸੇਵਿੰਗਸ ਅਕਾਊਂਟਸ ਤਾਂ ਜੁੜੇ ਸਾਰੇ 1,06,000, ਤੁਸੀਂ ਫਿਰ 6,000 ਰੁਪਇਆ ਪੱਲੋਂ ਪਾਇਆ ਕੋਈ ਚੀਜ਼ ਲੈਣ ਵਾਸਤੇ, ਜਿਹੜੀ ਚੀਜ਼ ਸੀ 2 ਸਾਲ ਪਹਿਲੇ 1,00,000 ਦੀ। ਇੱਦਾਂ ਕਰਕੇ ਚੀਜ਼ਾਂ ਇਸ ਕਰਕੇ ਚੀਜ਼ਾਂ ਦਾ ਰੇਟ ਵੱਧਾ, ਕੰਪਨੀਜ਼ ਹਰ ਸਾਲ ਰੇਟ ਵਧਾਉਂਦੀਆਂ ਇਨਫਲੇਸ਼ਨ ਨੂੰ ਦੇਖ ਕੇ, ਦੇਸ਼ 'ਚ ਕਿੰਨੀਆਂ ਗਰੀਬੀ ਰੇਟ ਕੀ ਚੱਲਦਾ, ਇਨਫਲੇਸ਼ਨ ਰੇਟ ਕੀ ਚੱਲਦਾ। ਹੁਣ ਤੁਸੀਂ ਕਹੋਗੇ ਠੀਕ ਹੈ ਸਰ, ਠੀਕ ਹੈ, ਇਹ ਤਾਂ ਗੱਲ ਥੋੜ੍ਹੀ ਸਮਝ ਗਏ, ਫਿਰ ਤਾਂ FD ਵਧੀਆ ਹੋਈ। ਹੁਣ ਆਪਾਂ ਗੱਲ ਕਰਨੀ ਹੈ ਇਨਫਲੇਸ਼ਨ ਰੇਟ, ਯਾਦ ਰੱਖਿਓ ਇੰਨਾ ਕੀ ਹੁੰਦਾ ਐਵਰੇਜ, 5-6% ਇਹਦੇ ਨੇੜੇ ਰਹਿੰਦਾ ਇੰਡੀਆ ਦੀ ਜੋ ਮੈਂ ਗੱਲ ਕਰਾਂ। ਕਈ ਇਹੋ ਜਿਹੇ ਵੀ ਮੁਲਕ ਹੈਗੇ ਦੁਨੀਆ 'ਤੇ ਜਿਨ੍ਹਾਂ ਦੀ ਇਨਫਲੇਸ਼ਨ ਰੇਟ ਮਾਈਨਸ 'ਚ ਆ, ਮਤਲਬ ਕਿ ਉਹ ਦੇਸ਼ ਅਮੀਰੀ ਵੱਲ ਨੂੰ ਵੱਧ ਰਹੇ ਆ, ਜਿੱਥੇ ਕਿ ਉਹਨਾਂ ਦਾ ਇਨਫਲੇਸ਼ਨ ਰੇਟ -2 ਆ, ਅਤੇ ਜਿਹੜੀ ਚੀਜ਼ ਪਹਿਲੇ ਸਾਲ 1,00,000 ਰੁਪਏ ਦੀ ਆਉਂਦੀ ਆ, ਉਹ ਅਗਲੇ ਸਾਲ 98,000 ਦੀ ਆਉਂਦੀ ਆ, ਤਾਂ ਪੈਸੇ ਦਾ ਵੈਸੇ ਜ਼ਿਆਦਾ, ਪਰ ਉੱਥੇ ਵਿਆਜ 3% ਨਹੀਂ ਮਿਲਦਾ। ਫਿਰ ਉਹਨਾਂ ਮੁਲਕਾਂ ਦੇ ਵਿੱਚ ਤੁਹਾਨੂੰ ਪਤਾ ਹੀ ਉਹ ਕਿਹੜੇ ਮੁਲਕ ਆ, ਆਪਾਂ ਕਿਸੇ ਨੂੰ ਪ੍ਰਮੋਟ ਤਾਂ ਕਰਨਾ ਕੀ ਹੈ। ਹੁਣ ਦੇਖੋ
ਜੇ ਹੁਣ ਤੁਸੀਂ ਕਹੋਗੇ ਐਫ ਡੀ ਜੀ, ਚਲੋ ਠੀਕ ਆ, ਆਪਾਂ ਸੇਵਿੰਗਸ ਅਕਾਊਂਟ 'ਚ ਨਹੀਂ ਰੱਖਦੇ, ਆਪਾਂ ਕਰਾਉਂਦੇ ਐਫ ਡੀ ਜਿੱਥੇ ਸਾਨੂੰ 5 to 6% ਵਿਆਜ ਮਿਲ ਜਾਂਦਾ ਭਾਈ ਜੀ, ਫਿਰ ਤਾਂ ਨਹੀਂ ਨਾ ਮਹਿੰਗੀ ਹੁੰਦੀ? ਜੀ ਹਾਂ, ਮੈਂ ਤੁਹਾਨੂੰ ਇਹੀ ਕਿਹਾ ਸੀ ਕਿ ਸੇਵਿੰਗਸ ਅਕਾਊਂਟ 'ਚ ਪੈਸਾ ਘੱਟਦਾ ਅਤੇ ਐਫ ਡੀ ਦੇ ਵਿੱਚ ਪੈਸਾ ਵੱਧਦਾ ਨਹੀਂ, ਓਨਾ ਹੀ ਰਹਿੰਦਾ। ਜੇ ਸੇਵਿੰਗਸ ਅਕਾਊਂਟ, ਜੇ ਇਨਫਲੇਸ਼ਨ ਰੇਟ 5-6% ਆ, ਤਾਂ ਜਿਹੜਾ ਐਫ ਡੀ ਦਾ ਤੁਹਾਨੂੰ ਵਿਆਜ ਉਹ ਵੀ ਤਾਂ 5-6% ਆ। ਜੇ ਤੁਸੀਂ 2024 ਦੇ ਵਿੱਚ 1,00,000 ਰੁਪਈਆ ਤੁਹਾਡੇ ਕੋਲ ਹੈਗਾ ਜੀ, ਤਾਂ 2025 ਦੇ ਵਿੱਚ ਉਹ ਪੈਸਾ 1,06,000 ਹੋ ਜੂਗਾ, ਜੇ 6% 'ਤੇ ਤੁਸੀਂ ਐਫ ਡੀ ਕਰਾਈ ਹੋਈ ਹੈ। ਉਹੀ ਪੈਸਾ 2026 ਦੇ ਵਿੱਚ 1,12,000 ਹੋ ਜੂਗਾ, ਜੇ ਤੁਸੀਂ 6% ਦੇ ਹਿਸਾਬ ਨਾਲ ਐਫ ਡੀ ਕਰਾਈ ਹੋਈ ਹੈ। ਹੁਣ ਤੁਸੀਂ ਕਹੋਗੇ ਜਿਹੜੀ ਚੀਜ਼ ਇਨਫਲੇਸ਼ਨ ਰੇਟ ਤਾਂ ਫਿਰ ਸੇਮ ਹੀ ਆ, ਉਹੀ ਆਈਫੋਨ ਜਿਹੜਾ 2024 'ਚ 1,00,000 ਦਾ ਸੀ ਉਹ ਹੁਣ 6% ਦੇ ਹਿਸਾਬ ਨਾਲ 1,06,000 ਦਾ ਹੋ ਗਿਆ, ਐਂਡ ਐਫ ਡੀ 'ਚ ਤੁਹਾਡੇ ਕੋਲ ਬਣੇ ਵੀ 1,06,000। ਜਿਹੜਾ ਆਈਫੋਨ 1,00,000 ਦਾ ਸੀ 2024 'ਚ, 26 ਉਹਦੇ 1,12,000 ਦਾ ਹੋ ਗਿਆ, ਤੁਹਾਡੇ ਕੋਲ ਬਣੇ ਵੀ 12,000। ਪਰ ਤੁਹਾਡਾ ਪੈਸਾ ਬੈਂਕਾਂ ਨੇ ਆਪਦੇ ਖਾਤਿਆਂ 'ਚ ਪਵਾ ਕੇ, ਜਾਂ ਸੇਵਿੰਗਸ ਅਕਾਊਂਟ 'ਚ ਪਵਾ ਕੇ, ਜਾਂ ਐਫ ਡੀ 'ਚ ਪਵਾ ਕੇ, ਤੁਹਾਡਾ ਪੈਸਾ ਤੁਹਾਡੇ ਤੋਂ ਲੈ ਲਿਆ ਅਤੇ ਬੈਂਕਾਂ ਨੇ ਉਹ ਪੈਸਾ ਸ਼ੇਅਰ ਬਾਜ਼ਾਰ 'ਚ ਲਾਤਾ, ਮਿਊਚੁਅਲ ਫੰਡ 'ਚ ਲਾਤਾ। ਉਹਨਾਂ ਨੇ ਨਾ ਤਾਂ 3% ਕਮਾਇਆ, ਨਾ 6% ਕਮਾਇਆ, ਉਹਨਾਂ ਨੇ ਪਤਾ ਨਹੀਂ 20 ਕਮਾਇਆ ਹੋਊਗਾ, 30 ਕਮਾਇਆ ਹੋਊਗਾ, ਦੁੱਗਣੇ ਕੀਤੇ ਹੋਣਗੇ ਲੋਨ ਦੇ ਕੇ। ਹੁਣ ਲੋਨ ਮਿਲਦਾ 9-10% 'ਤੇ, ਤੁਹਾਨੂੰ ਪੈਸਾ ਤੁਸੀਂ ਜਮ੍ਹਾਂ ਕਰਾਇਆ ਸੇਵਿੰਗਸ ਅਕਾਊਂਟ ਦੇ ਵਿੱਚ, ਤੁਹਾਨੂੰ ਮਿਲਿਆ 3, ਉਹੀ ਸੇਵਿੰਗਸ ਦਾ ਪੈਸਾ ਚੱਕ ਕੇ ਬੈਂਕ ਨੇ ਲੋਨ ਦਿੱਤਾ 9% 'ਤੇ, 3 ਗੁਣਾ ਵੱਧ ਕਮਾਈ, ਇਨਫਲੇਸ਼ਨ ਨੂੰ ਬੀਟ ਕਰਕੇ ਵੀ 3% ਦੀ ਕਮਾਈ। ਤੁਹਾਨੂੰ ਤਾਂ ਫਿਰ ਉਹ 3% ਦੇ ਹੀ ਸਕਦੇ, ਤੁਸੀਂ ਐਫ ਡੀ ਕਰਾਤੀ 6% 'ਤੇ, ਬੈਂਕ ਨੇ ਕੋਈ ਲੋਨ ਦਿੱਤਾ 10% 'ਤੇ 9% 'ਤੇ, ਫਿਰ ਵੀ ਕਮਾਈ। ਐਂਡ ਹੋ ਸਕਦਾ ਐਫ ਡੀ ਵਾਲਾ ਪੈਸਾ ਤਾਂ ਫਿਕਸ ਦਾ, ਬੈਂਕ ਨੂੰ ਪਤਾ ਤੁਸੀਂ ਹਜੇ ਕਢਾਉਣਾ ਨਹੀਂ, ਉਹ ਪੈਸਾ ਉਹਨਾਂ ਨੇ ਚੱਕ ਕੇ ਸ਼ੇਅਰ ਬਾਜ਼ਾਰ 'ਚ ਲਾਤਾ, ਹੋ ਸਕਦਾ 15-20-30%, ਹੋ ਸਕਦਾ 100% ਦੁੱਗਣਾ ਕਰਕੇ ਹੁਣ ਉਸ ਪੈਸੇ ਨੂੰ ਕਿਸੇ ਸ਼ੇਅਰ ਦੇ ਵਿੱਚ। ਜੇ ਬੈਂਕਾਂ ਤੁਹਾਡਾ ਪੈਸਾ ਵਰਤ ਕੇ ਸ਼ੇਅਰ ਬਾਜ਼ਾਰ 'ਚ ਪੈਸਾ, ਹੁਣ ਬੈਂਕਾਂ ਕਮਾਉਂਦੀਆਂ ਕਿਵੇਂ? ਇਸੇ ਤਰੀਕੇ ਨਾਲ ਕਮਾਉਂਦੀਆਂ ਨਾ, ਤੁਸੀਂ ਜਮ੍ਹਾਂ ਕਰਾਉਂਦੇ ਆ ਸੇਵਿੰਗਸ ਅਕਾਊਂਟ ਦੇ ਵਿੱਚ, ਐਫ ਡੀਆਂ ਕਰਾਉਂਦੇ ਆ, ਬੈਂਕ ਉਹ ਪੈਸਾ ਆਪਦੇ ਕੋਲ ਰੱਖ ਰਹੀ ਆ, ਤੁਹਾਨੂੰ ਇੱਕ ਚੂਰਨ ਜਿਹਾ ਦੇ ਦਿੰਦੀ ਹੈ 3% ਦਾ 6% ਦਾ, ਤੁਸੀਂ ਖੁਸ਼ ਰਹਿੰਦੇ ਆ, ਤੁਹਾਡਾ ਪੈਸਾ ਸੇਵਿੰਗਸ ਅਕਾਊਂਟ 'ਚ ਘੱਟਦਾ ਰਹਿੰਦਾ ਅਤੇ ਐਫ ਡੀ ਵਿੱਚ ਬਰਾਬਰ ਰਹਿੰਦਾ। ਜਿੰਨਾ ਕੁ ਗਰੀਬੀ ਰੇਟ ਆ, ਜਿੰਨੀ ਗਰੀਬੀ ਵੱਧਦੀ ਆ, ਜਿੰਨੀ ਕੁ ਮਹਿੰਗਾਈ ਵੱਧਦੀ ਆ, ਉੰਨਾ ਕੁ ਤੁਹਾਡਾ ਪੈਸਾ ਵੱਧ ਜਾਂਦਾ, ਬਸ ਬਰਾਬਰ ਜਿਹਾ ਰਹਿੰਦਾ, ਵੱਧਦਾ ਫਿਰ ਵੀ ਨਹੀਂ, ਸੇਵਿੰਗਸ ਅਕਾਊਂਟ 'ਚ ਘੱਟਦਾ ਅਤੇ ਐਫ ਡੀ ਦੇ ਵਿੱਚ ਬਰਾਬਰ ਰਹਿੰਦਾ, ਵੱਧਦਾ ਨਹੀਂ। ਤੁਸੀਂ ਆਪਦਾ ਪੈਸਾ ਨਾ ਤਾਂ ਸੇਵਿੰਗਸ ਅਕਾਊਂਟ 'ਚ ਗਰੋ ਕਰ ਸਕਦੇ, ਉੱਥੇ ਤਾਂ ਘਟਾ ਲੈਂਦੇ ਆ, ਅਤੇ ਐਫ ਡੀ ਦੇ ਵਿੱਚ ਤੁਸੀਂ ਆਪਦਾ ਪੈਸਾ ਬਰਾਬਰ ਰੱਖਦੇ ਆ ਜਿੰਨਾ ਦੇਸ਼ ਦੇ ਪੈਸੇ ਦਾ ਮੁੱਲ ਰਹਿੰਦਾ। ਤੁਹਾਡਾ ਪੈਸਾ ਐਫ ਡੀ 'ਚ ਰਹਿ ਕੇ ਕਦੇ ਵੀ ਗਰੋ ਨਹੀਂ ਕਰਦਾ, ਐਂਡ ਬੈਂਕਾਂ ਉਹੀ ਪੈਸਾ ਯੂਜ਼ ਕਰਕੇ ਸ਼ੇਅਰ ਬਾਜ਼ਾਰ 'ਚ ਲਾ ਲੈਂਦੀਆਂ ਅਤੇ ਪੈਸਾ ਦੁੱਗਣੇ ਕਰੀ ਜਾਂਦੀਆਂ, ਫਿਰ ਤੁਹਾਨੂੰ ਚੂਰਨ ਦੇ ਤੌਰ 'ਤੇ 5-6% ਉਹ ਦਿੰਦੀਆਂ ਰਹਿੰਦੀਆਂ। ਇਸੇ ਕਰਕੇ ਮੈਂ ਚਾਹੁੰਦਾ ਕਿ ਪੰਜਾਬ ਦੇ ਬੱਚੇ ਚੀਜ਼ਾਂ ਨੂੰ ਸਿੱਖਣ, ਇਹਨਾਂ ਚੀਜ਼ਾਂ 'ਚੋਂ ਬਾਹਰ ਆਉਣ, ਬੈਂਕਾਂ ਨੂੰ ਕਮਾਈ ਦੇਣ ਦੀ ਬਜਾਏ ਖੁਦੇ ਕਮਾਈ ਕਰ ਸਕਣ। ਜੇ ਬੈਂਕਾਂ ਦੇ ਵਿੱਚ ਵੀ ਤਾਂ ਇਨਸਾਨ ਹੀ ਹੋਣਗੇ ਨਾ ਜਿਹੜੇ ਪੈਸਾ ਫੜ ਕੇ ਗਾਂਹ ਸਟਾਕ ਮਾਰਕੀਟ 'ਚ ਲਾਉਂਦੇ ਆ, ਅਤੇ ਅਸੀਂ ਵੀ ਉਹ ਇਨਸਾਨ ਆ ਜਿਨ੍ਹਾਂ ਨੇ 100-150% ਇੱਕ ਸਾਲ ਦੇ ਵਿੱਚ ਕਮਾਈ ਕੀਤੀ, ਆਪਦਾ ਪੈਸਾ ਦੁੱਗਣਾ ਕੀਤਾ ਸਟਾਕ ਮਾਰਕੀਟ। ਇਹੀ ਚੀਜ਼ ਮੈਂ ਚਾਹੁੰਦਾ ਪੰਜਾਬ ਦਾ ਹਰ ਬੱਚਾ ਕਰ ਸਕੇ, ਮੈਂ ਚਾਹੁੰਦਾ ਪੰਜਾਬ ਦਾ ਹਰ ਬੱਚਾ ਸੇਵਿੰਗਸ ਅਕਾਊਂਟ 'ਚ ਆਪਦਾ ਪੈਸਾ ਨਾ ਘਟਾਵੇ, ਐਫ ਡੀਆਂ ਵਿੱਚ ਬਰਾਬਰ ਨਾ ਕਰੇ, ਸਗਾ ਕਿ ਉਹਦਾ ਜਿਹੜਾ ਕੰਮ ਕਰ ਰਿਹਾ ਉਹ ਵੱਖਰਾ ਕਰੇ, ਕਮਾਈਆਂ ਵੱਖਰੀਆਂ ਕਰੇ, ਮਿਹਨਤ ਵੱਖਰੀ ਕਰੇ, ਬਿਜ਼ਨਸ ਵੱਖਰਾ ਕਰੇ, ਨੌਕਰੀਆਂ ਵੱਖਰੀਆਂ ਕਰੇ, ਐਂਡ ਜਿਹੜਾ ਪੈਸਾ ਉਹਦੇ ਕੋਲ ਬਚਦਾ, ਚਾਹੇ ਉਹ 1,000 ਰੁਪਇਆ ਬਚੇ, ਚਾਹੇ 500 ਬਚੇ, ਚਾਹੇ 5,000 ਬਚੇ, ਐਂਡ ਉਹ ਪੈਸੇ ਨੂੰ ਐਫ ਡੀ ਦੇ ਤੌਰ 'ਤੇ ਕਰਾ ਕੇ ਬਰਾਬਰ ਨਾ ਕਰੇ, ਸਗੋਂ ਉਸ ਪੈਸੇ ਨੂੰ ਗਰੋ ਕਰੇ। ਮੈਂ ਚਾਹੁੰਦਾ ਪੰਜਾਬ ਦੇ ਬੱਚੇ ਪੈਸੇ ਤੋਂ ਪੈਸਾ ਬਣਾਉਣਾ ਸਿੱਖਣ, ਇਹੀ ਮੇਰਾ ਮਿਸ਼ਨ ਆ। ਇਹ ਮਿਸ਼ਨ ਮੇਰਾ ਤਾਂ ਪੂਰਾ ਹੋਊਗਾ ਜੇ ਤੁਸੀਂ ਮੇਰਾ ਸਾਥ ਦਿਓਗੇ, ਵੀਡੀਓ ਨੂੰ ਸ਼ੇਅਰ ਕਰੋਗੇ ਹਰ ਉਸ ਨੌਜਵਾਨ ਤੱਕ ਜੋ ਪੰਜਾਬੀ ਹੈ, ਪੰਜਾਬੀ ਵਿੱਚ ਫਾਈਨੈਂਸ਼ੀਅਲ ਐਜੂਕੇਸ਼ਨ ਜਿਹਨੂੰ ਮਿਲਣੀ ਚਾਹੀਦੀ ਹੈ।
ਤੁਸੀਂ ਮੇਰਾ ਸਾਥ ਦੇ ਸਕਦੇ ਹੋ ਉਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੇ ਸਾਡੇ ਕੰਸੈਪਟ ਪਸੰਦ ਆਉਂਦੇ ਆ। ਹੋਰ ਇਹੋ ਜਿਹੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਉਹਨਾਂ ਨੌਜਵਾਨਾਂ ਤੱਕ ਸ਼ੇਅਰ ਕਰਿਓ ਜਿਨ੍ਹਾਂ ਨੂੰ ਫਾਈਨੈਂਸ਼ੀਅਲ ਐਜੂਕੇਸ਼ਨ ਪੰਜਾਬੀ ਵਿੱਚ ਲੋੜ ਹੈ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ।